ਦ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸ਼੍ਰੀ ਅਨੰਦਪੁਰ ਸਾਹਿਬ, ਬੀਤੇ ਦਿਨ ਪੰਜਾਬ ਪੁਲਿਸ ਨੇ ਇੱਕ ਸਿੱਖ ਨੌਜਵਾਨਾਂ ਦੀ ਟਰਾਲੀ ਨੂੰ ਬੰਦੀ ਬਣਾ ਲਿਆ। ਉਸ ਟਰੈਕਟਰ ਟਰਾਲੀ ਦੇ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਿੱਖ ਜੁਝਾਰੂਆਂ ਤੋਂ ਇਲਾਵਾ ਰੈਫਰੈਂਡਮ 2020 ਦੇ ਸਟਿੱਕਰ ਪੋਸਟਰ ਲੱਗੇ ਹੋਏ ਸੀ। ਵੱਡੀ ਗਿਣਤੀ 'ਚ ਸਿੱਖ ਸੰਗਤ ਮੌਜੂਦ ਸੀ, ਜਿਨ੍ਹਾਂ ਨੇ ਇਸ ਕਾਰਵਾਈ ਦੀ ਵਿਰੋਧ ਤਾਂ ਕੀਤੀ ਪਰ ਪੰਜਾਬ ਪੁਲਿਸ ਨੇ ਕੱਲ੍ਹ ਦੁਪਹਿਰ 12 ਵਜੇ ਟਰੈਕਟਰ ਟਰਾਲੀ ਸਮੇਤ ਸਾਰੀ ਸੰਗਤ ਨੂੰ ਥਾਣੇ ਦੇ ਵਿੱਚ ਬੰਦੀ ਬਣਾ ਲਿਆ। ਬੀਤੀ ਰਾਤ 12:30 ਰਿਹਾ ਕੀਤੇ 4 ਸਿੱਖ ਨੌਜਵਾਨਾਂ ਨੇ ਇਸ ਪੂਰੀ ਘਟਨਾ ਦੀ ਗੱਲਬਾਤ ਦ ਖਾਲਸ ਟੀਵੀ ਦੇ ਨਾਲ ਫੋਨ 'ਤੇ ਸਾਂਝੀ ਕੀਤੀ ਹੈ। ਵੀ ਕਿਹੜੇ ਕਿਹੜੇ ਸਿੰਘ ਸੀ ਆਪਣੇ ਵੀਰ 'ਤੇ, ਕੀ ਬਣਿਆ ਹੁੰਦਾ ਹੁਣ, ਕਿਵੇਂ ਨਿਬੜਿਆ? ਨਿਬੜਿਆ ਜੀ, ਬਾਈ ਆਪਣਾ ਬਾਈ ਆ, ਮਾਸੀ ਦਾ ਮੁੰਡੇ ਲੱਗਦਾ ਆਪਣਾ। ਅੱਛਾ ਜੀ। ਉਹ ਤਾਂ ਹੈਗੇ ਲਿੰਕ 4 ਚੰਡੀਗੜ੍ਹ ਪੜ੍ਹਦਾ ਰਿਹਾ, ਉਹ ਤੇ ਉਹਨੂੰ ਪਾ ਕੇ। ਅੱਛਾ ਜੀ। ਫਿਰ ਉਹਨੇ ਪਾ ਪੂ ਕੇ ਨਿਬੇੜਿਆ ਸੀ। ਅੱਛਾ, ਕੋਈ ਪਰਚਾ ਤਾਂ ਨਹੀਂ ਦਰਜ ਹੋਇਆ? ਨਹੀਂ, ਪਰਚਾ ਨੀ ਦਰਜ ਹੋਇਆ, ਉਤਰਾ ਹੋ ਚੱਲਿਆ ਇਹਦੇ ਮੌਕੇ ਤੇ। ਅੱਛਾ। ਗੱਲ ਗੁਲ ਕਰਾ ਕੇ ਉਹਨਾਂ ਬੀਡੀਆਰ ਕੱਟਤੀ, ਮੋਬਾਈਲ ਮੋਬਾਈਲ ਜਮ੍ਹਾਂ ਕਰਤੇ, ਲੈਣ ਦੀ ਹੱਥ ਘੜੀ ਕੁੜੀਆਂ ਵਗੈਰਾ। ਅੱਛਾ। ਤੇ ਉਹ ਕੇ ਸੁੱਤ ਮਹਾਰਾਜ ਲੋ ਕਿਰਪਾ ਹੋਈ। ਅੱਛਾ, ਕਿੰਨੇ ਮੁੰਡੇ ਸੀ ਤੁਸੀਂ ਜਿਹੜੇ ਅੰਦਰ ਸੀ ਉਹਨਾਂ ਕੋਲੇ? 4 ਜੀ। 4 ਜਣੇ ਸੀ, ਠੀਕ ਹੈ। ਤੇ ਕੋਈ ਜਿਹੜਾ ਸਿੱਖ ਜਥੇਬੰਦੀ ਨੇ ਆਗੂ ਨੇ ਜਾਂ ਲੀਡਰ ਨੇ ਤੁਹਾਡੇ ਨਾਲ ਸੰਪਰਕ ਕੀਤਾ ਜਾਂ ਉੱਥੇ ਤੁਹਾਡੀ ਮਦਦ ਕੀਤੀ? ਕਿਉਂਕਿ ਪੂਰੀ ਜਿਹੜੀ ਗੱਲ ਸੋਸ਼ਲ ਮੀਡੀਆ ਤੇ ਫੈਲ ਗਈ ਸੀ ਵੀ ਉੱਥੇ ਇਸ ਤਰ੍ਹਾਂ ਮੁੰਡਿਆਂ ਨੂੰ ਜਿਹੜਾ ਫੜਿਆ ਪੁਲਿਸ ਨੇ, ਹਨਾ, ਵੀ ਫੋਟੋਆਂ ਲੱਗੀਆਂ ਹੋਣ ਕਰਕੇ। ਹਾਂਜੀ ਹਾਂਜੀ। ਕਿਸੇ ਨੇ ਤੁਹਾਡੇ ਨਾਲ? ਹਾਂਜੀ ਭਾਈ ਅੰਮ੍ਰਿਤਸਰ, ਇੱਥੋਂ ਅੰਮ੍ਰਿਤਸਰ ਤੋਂ ਹੈਗੇ ਭਾਈ ਪ੍ਰੀਤ ਸਿੰਘ ਜੀ। ਹਾਂਜੀ ਹਾਂਜੀ। ਆਹੋ, ਤੇ ਉਹਨਾਂ ਨੇ ਸ਼ਾਇਦ ਫੋਨ ਕੀਤਾ ਸੀ। ਅੱਛਾ ਅੱਛਾ। ਸਾਨੂੰ ਪੁਲਿਸ ਵਾਲੇ ਨੇ ਦੱਸਿਆ ਜੋ ਛੱਡਿਆ ਸੀ। ਅੱਛਾ। ਇਹ ਸਹੀ ਨੇ ਜਿਹੜਾ ਪਰਚਾ ਦਰਜ ਕਰਦਾ, ਉਹਨੇ ਦੱਸਿਆ ਕਿ ਕਾਹਨ ਸਿੰਘ ਵਾਲਾ ਦਾ ਫੋਨ ਆਇਆ, ਭਾਈ ਕਾਹਨ ਸਿੰਘ ਜਿਹੜੇ ਆ। ਅੱਛਾ ਅੱਛਾ। ਮਾਨ ਗਰੁੱਪ ਦੇ ਸ਼ਾਇਦ। ਹਾਂ, ਜਸਕਰਨ ਸਿੰਘ, ਠੀਕ ਠੀਕ ਹੈ। ਹਾਂ, ਜਸਕਰਨ ਸਿੰਘ, ਹਾਂਜੀ। ਅੱਛਾ, ਉਹਨਾਂ ਦਾ। ਤੇ ਬਾਕੀ ਆਪਣਾ ਯੋਰ ਯਾਰ ਲਾ ਕੇ ਮੁੰਡੇ ਨੇ, ਸਾਡੇ ਬ੍ਰਦਰ ਹੀ ਮੇਰੇ ਨਿੱਕੇ ਤੇ ਉਹਨਾਂ ਨੇ ਦੱਸਦੇ ਸਨ। ਅੱਛਾ। ਤੇ ਕੋਈ ਕੁੱਟਮਾਰ ਜਾਂ ਕਿਸੇ ਤਰ੍ਹਾਂ ਦਾ ਕੋਈ ਤੁਹਾਡੇ ਨਾਲ ਪੁਲਿਸ ਵੱਲੋਂ? ਨਹੀਂ ਨਹੀਂ, ਫਿਰ ਫੋਨ ਫਾਨ ਜਾਣ ਕਰਕੇ ਫਿਰ ਤਾਂ ਕਰਕੇ ਕੁੱਟਮਾਰ ਨਹੀਂ ਕੀਤੀ ਪਹਿਲਾਂ ਵਾਲਾ, ਰਾਤ ਨੂੰ ਰੱਜੇ ਸ਼ਰਾਬ ਨਾ ਐਵੇਂ। ਅੱਛਾ। ਕਦੀ ਸਭ ਤੋਂ ਜ਼ਿਆਦਾ ਔਰ ਗੱਲ ਜਿਹੜੀ ਮੈਨੂੰ ਲੱਗਦੀ ਸੀ ਜਾਂ ਮੈਨੂੰ ਫੀਲ ਹੁੰਦੀ ਸੀ, ਜਿਹੜੀ ਦਸਤਾਰ ਲਵਾ ਦਿੰਦੇ ਸੀ ਘੜੀ ਮੁੜੀ। ਅੱਛਾ। ਜਦੋਂ ਬੰਨਦੇ ਹਾਂ ਅੰਦਰ ਦਿੰਦੇ ਨਹੀਂ ਸੀ ਹਵਾਲਾ, ਕਿ ਦਸਤਾਰ ਨਹੀਂ ਦਿੰਦੇ। ਅੱਛਾ, ਕਿੰਨਾ ਸਮਾਂ ਤੁਹਾਨੂੰ ਅੰਦਰ ਉੱਥੇ ਉਹਨਾਂ ਨੇ ਰੱਖਿਆ? ਸਾਨੂੰ ਜੀ ਫੜਿਆ ਹੋਣਾ 1 ਵਜੇ ਦੇ ਕਰੀਬ ਸ਼ਾਇਦ, ਤੇ ਰਾਤ 12 ਵਜੇ ਛੱਡਿਆ ਸੀ ਯਾਰ ਆਪਣਾ। ਠੀਕ ਹੈ, ਲਗਭਗ ਉਹੀ 11-12 ਘੰਟੇ ਤੁਹਾਨੂੰ ਉੱਥੇ ਰੱਖਿਆ ਉਹਨਾਂ ਨੇ? ਹਾਂਜੀ ਹਾਂਜੀ। ਠੀਕ ਠੀਕ ਹੈ। ਕੋਈ ਗਾਂ ਵਾਸਤੇ ਉਹਨਾਂ ਨੇ ਕੋਈ ਤੁਹਾਡੇ ਤੋਂ ਲਿਖਵਾਇਆ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ? ਹਾਂਜੀ, ਆ ਮੋਬਾਈਲ ਦੀ ਡਿਟੇਲ ਵੀ ਸਾਰਾ ਕੁਝ। ਕੀ ਲਿਖਵਾਇਆ ਉਹਨਾਂ ਨੇ? ਮੈਨੂੰ ਸਾਨੂੰ ਕਹਿੰਦੇ ਸੀ, ਮੈਂ ਤੇ ਦੋ ਮੁੰਡਿਆਂ ਨੇ ਕਿਹਾ ਸੀ ਨਾ, ਇੱਕ ਮੇਰੇ ਨਾਲ ਵੀਰ ਆ ਸਾਡੇ ਪਿੰਡ ਦਾ ਤੇਜਿੰਦਰ ਸਿੰਘ, ਮੇਰਾ ਬਾਈ ਆਪਣੇ। ਹਾਂਜੀ। ਉਹਨਾਂ ਨੂੰ ਅਸੀਂ ਕਿਹਾ ਸੀ ਕਿ ਇੱਦਾਂ ਕਿ ਅਸੀਂ ਦੋਵਾਂ ਨੇ ਛਪਾਏ ਆ, ਬਾਕੀ ਤੇ ਮੈਂ ਤੇ ਮੁੰਡਾ ਸੀ ਤੇ ਅਸੀਂ ਛਪਾਏ ਸੀ ਉਹ ਬੈਨਰ ਜਿਹੜੇ ਤੇ ਅਸੀਂ ਆਖਿਆ ਸੀ ਅਸੀਂ ਛਪਾਏ ਆ ਅਸੀਂ ਦੋਵਾਂ ਨੇ, ਤੇ ਉਹ ਮੁੰਡਿਆਂ ਦੀ ਇੱਕ ਦੀ ਟਰਾਲੀ ਸੀ ਦੇਖੀ ਲਿਖੀਆਂ ਹੋਈਆਂ ਸੀਗੀਆਂ। ਚਲੋ ਰੈਫਰੈਂਡਮ 2020 ਤੋਂ ਇਲਾਵਾ ਬੜੀਆਂ ਜਿਹੜੀਆਂ ਚੰਗੀਆਂ ਗੱਲਾਂ, ਜਿਹੜਾ ਪਾਣੀ ਬਚਾਓ ਜਾਂ ਰੁੱਖ ਲਗਾਓ, ਇਹੋ ਜਿਹੀਆਂ ਬੇਟੀ ਬਚਾਓ ਵਾਲੀਆਂ ਗੱਲਾਂ ਲਿਖੀਆਂ ਹੋਈਆਂ ਸੀ ਨਾ, ਕੀ ਕੁਛ ਲਿਖਿਆ ਸੀ ਉਹਨਾਂ ਪੋਸਟਰਾਂ ਦੇ ਉੱਤੇ? ਹਾਂਜੀ, ਅਸੀਂ ਇੱਕ ਪਾਸੇ ਲਾਈ ਸੰਤਾਂ ਦੀ, ਤੇ ਵੱਡਾ ਜਿਹੜਾ ਪੋਸਟਰ ਲਾਇਆ, ਵੱਡਾ ਸਭ ਬਹੁਤ ਵੱਡਾ ਹੈ, ਵਾਹਵਾ ਤਗੜਾ ਸੀ ਮਤਲਬ। ਹਾਂਜੀ। ਉਹ ਉੱਤੇ ਸੰਤਾਂ ਦੀ ਸੀ, ਜਨਰਲ ਸ਼ੇਖ ਸਿੰਘ ਦੀ ਜੀ, ਤੇ ਅਮਰੀਕ ਸਿੰਘ, ਭਾਈ ਅਮਰੀਕ ਸਿੰਘ ਦੀ, ਸੁਖੇ ਜਿੰਦੇ ਦੀ। ਅੱਛਾ। ਤੇ ਇੱਕ ਸ਼ਾਇਦ ਹਵਾਰੇ ਦੀ। ਅੱਛਾ। ਹਾਂਜੀ, 5 ਫੋਟੋਆਂ ਇਹ ਵੱਡੀਆਂ ਕਰਕੇ ਲਵਾਈਆਂ, ਤੇ ਬਾਕੀ ਤੇ ਇਹੋ ਜਿਹੇ ਪੋਸਟਰ ਦੂਜੇ ਛਪਾਏ ਸੀ, ਤੇ ਉਹਨਾਂ ਨੇ 2020 ਖਾਇਆ ਸੀ ਆਪਾਂ, ਰੈਫਰੈਂਡਮ 2020 ਵੀ ਕਰ ਦਿਓ। ਅੱਛਾ, ਠੀਕ ਠੀਕ ਹੈ। ਵੀ ਆਪਣੀ ਧਰਤੀ ਆਪਣੀ ਹੁੰਦੀ ਆ। ਹਾਂ ਹਾਂ ਹਾਂਜੀ।
ਆਖਿਰ ਕਿਉਂ ਇਹਨਾਂ ਨੌਜਵਾਨਾਂ ਨੂੰ ਪੰਜਾਬ ਪੁਲਿਸ ਨੇ ਬੰਦੀ ਬਣਾਇਆ? ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਹੋਰ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਲਾਉਣਾ ਕਿੰਨਾ ਵੱਡਾ ਗੁਨਾਹ ਸਾਬਤ ਹੋ ਸਕਦਾ ਹੈ? ਇਹ ਤਾਂ ਤੁਸੀਂ ਇਸ ਘਟਨਾ ਤੋਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ। ਪਰ ਦੂਜੇ ਪਾਸੇ ਇਸ ਟਰਾਲੀ ਦੀਆਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਟਰਾਲੀ ਦੇ ਉੱਪਰ ਪੰਜਾਬ ਦੇ ਪਾਣੀਆਂ ਦੀ ਗੱਲ, ਬੇਟੀ ਪੜਾਓ ਬੇਟੀ ਬਚਾਓ ਦੀ ਗੱਲ ਅਤੇ ਹਰਿਆਲੀ ਨੂੰ ਸਾਂਭਣ ਦੀ ਗੱਲ ਕੀਤੀ ਗਈ ਹੈ। ਕੋਈ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਇਸ ਤਰ੍ਹਾਂ ਦੀ ਭੜਕਾਊ ਸਮੱਗਰੀ ਜਿਹੜੀ ਆ ਉਹ ਟਰਾਲੀ ਦੇ ਉੱਤੇ ਨਹੀਂ ਲਾਈ ਗਈ। ਇਹ ਕਹਿਣਾ ਉਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਇਸ ਟਰਾਲੀ ਨੂੰ ਇਸ ਤਰੀਕੇ ਦੇ ਨਾਲ ਸ਼ਿੰਗਾਰਿਆ ਸੀ। ਪਰ ਕਿਉਂ ਇਹਨਾਂ ਨੌਜਵਾਨਾਂ ਨੂੰ ਇਸ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਗਿਆ? ਪੰਜਾਬ ਦੇ ਵਿੱਚ ਆਜ਼ਾਦੀ ਦੀ ਗੱਲ ਕਰਨੀ ਜਾਂ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਲਾਉਣੀਆਂ ਇੰਨਾ ਵੱਡਾ ਗੁਨਾਹ ਕਿਉਂ ਸਾਬਤ ਹੋ ਚੁੱਕਿਆ? ਭਾਰਤੀ ਕਾਨੂੰਨ ਵੀ ਇਹ ਮੰਨਦਾ ਕਿ ਤੁਸੀਂ ਆਜ਼ਾਦੀ ਦੀ ਗੱਲ ਕਰ ਸਕਦੇ ਹੋ, ਖਾਲਿਸਤਾਨ ਜਿੰਦਾਬਾਦ ਦੀ ਗੱਲ ਕਰ ਸਕਦੇ ਹੋ, ਪਰ ਕਿਉਂ ਪੰਜਾਬ ਦੀ ਪੁਲਿਸ ਨੌਜਵਾਨਾਂ ਦੇ ਉੱਤੇ ਇਸ ਤਰ੍ਹਾਂ ਦਾ ਤਸ਼ੱਦਦ ਅਤੇ ਸ਼ੱਕ ਦੀ ਨਜ਼ਰ ਨਾਲ ਦੇਖਦੀ ਹੈ? ਸਿੱਖ ਕੌਮ ਦੇ ਉਹ ਆਗੂ ਜੋ ਖਾਲਿਸਤਾਨ ਦੇ ਨਾਮ ਦੇ ਉੱਤੇ ਰਾਜਨੀਤੀ ਵੀ ਕਰਦੇ ਨੇ ਅਤੇ ਖੁੱਲ੍ਹ ਕੇ ਵੋਟਾਂ ਵੀ ਮੰਗਦੇ ਨੇ, ਉਹ ਕਿਉਂ ਇਸ ਮਸਲੇ 'ਤੇ ਚੁੱਪ ਨੇ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਦ ਖਾਲਸ ਟੀਵੀ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ।